ਬਾਤ ਦੇ ਨਾਲ ਨਾਲ ਹੋਸ਼ ਹਵਾਸ ਵੀ ਕਾਇਮ ਰੱਖਣੇ ਆ। ਸਾਨੂੰ ਉਹ ਪ੍ਰੋਗਰਾਮ ਲੈ ਕੇ ਚੱਲਣੇ ਚਾਹੀਦੀ ਆ, ਨਵੀਂ ਜਿਹੜੀ ਜਵਾਨੀ ਆ ਉਹ ਪ੍ਰੋਗਰਾਮ ਦੇਣੇ ਚਾਹੀਦੇ ਆ। ਲੀਡਰ ਉਹ ਆ ਜਿਹੜਾ ਲੀਡਰ ਅਗਵਾਈ ਕਰਕੇ ਅੱਗੇ ਲੈ ਜਾਵੇ, ਲੀਡਰ ਉਹ ਨਹੀਂ ਗਾ ਜਿਹੜਾ ਕੌਮ ਨੂੰ ਕਸੂਤੇ ਥਾਂ ਸੁੱਟ ਦੇਵੇ। ਅੱਗੇ ਸਾਨੂੰ ਬੜੀ ਦੇਰ ਤੋਂ ਲੀਡਰਾਂ ਨੇ ਕਸੂਤੇ ਥਾਂ ਸੁੱਟਿਆ ਅਤੇ ਜਿਹੜੀਆਂ ਜਜ਼ਬਾਤੀ ਹੋਈਆਂ ਕੌਮਾਂ ਵਾਂ ਕਈ ਵਾਰੀ ਗਲਤ ਰਾਹ 'ਤੇ ਪੈ ਜਾਂਦੀਆਂ। ਸਾਨੂੰ ਉਹ ਨੌਜਵਾਨੀ ਸੰਭਾਲਣ ਦੀ ਲੋੜ ਆ, ਸਾਨੂੰ ਉਹਨਾਂ ਨੂੰ ਲੈ ਕੇ ਨਾਲ ਅਤੇ ਉਹਨਾਂ ਨੂੰ ਡਾਇਰੈਕਸ਼ਨ ਦੇਣੀ ਚਾਹੀਦੀ ਆ। ਜਿਸ ਤਰ੍ਹਾਂ ਆਪਣੇ ਦਰਿਆ 'ਚ ਉੱਛਲ ਜਾਣ 'ਤੇ ਉਹ ਨੁਕਸਾਨ ਕਰਦੇ ਆ, ਜੇ ਉਹਨਾਂ ਦੇ ਬੰਨ ਬਣਾ ਕੇ ਅਸੀਂ ਉਹਨਾਂ ਦੀਆਂ ਨਹਿਰਾਂ ਬਣਾ ਕੇ ਉਹਨਾਂ ਨੂੰ ਲੈ ਜਾਈਏ ਅਤੇ ਸਿੰਚਾਈ ਕਰਦੇ ਆ, ਸੋ ਸਾਡੇ ਨੌਜਵਾਨਾਂ ਦਾ ਨੁਕਸਾਨ ਨਾ ਹੋਵੇ, ਇਸ ਕਰਕੇ ਸਾਨੂੰ ਇਹਨਾਂ ਜਜ਼ਬਾਤਾਂ ਨੂੰ ਸੰਭਾਲਣਾ ਹੋਵੇਗਾ। ਦੂਸਰੀ ਗੱਲ ਜੋ ਪ੍ਰਸ਼ਾਸਨ ਨੇ ਕੀਤਾ, ਪ੍ਰਸ਼ਾਸਨ ਨੂੰ ਬੇਨਤੀ ਆ ਕਿ ਉਹਨਾਂ ਜੋ ਕੀਤਾ ਗਲਤ ਕੀਤਾ, ਕਿਉਂਕਿ ਬੁੱਤ ਤੋੜੇ ਗਏ ਆ, 307 ਦਾ ਪਰਚਾ ਗਲਤ ਆ। ਉਹ ਜੇ ਨੌਜਵਾਨ ਇਮੋਸ਼ਨਲ ਹੋ ਕੇ ਬੁੱਤ ਉਹਨਾਂ ਤੋੜ ਦਿੱਤੇ ਆ, ਅਤੇ ਸਾਨੂੰ ਉਹਨਾਂ ਦੇ ਵਾਸਤੇ ਜਦੋਜਹਿਦ ਕਰਨੀ ਚਾਹੀਦੀ ਆ, ਕੋਸ਼ਿਸ਼ ਕਰਨੀ ਚਾਹੀਦੀ ਆ, ਕਾਨੂੰਨੀ ਤੌਰ 'ਤੇ ਹਰੇਕ ਤੌਰ 'ਤੇ ਸਾਨੂੰ ਉਹ ਦਬਾਅ ਬਣਾਉਣਾ ਚਾਹੀਦਾ ਕਿ ਅਸੀਂ ਉਹਨਾਂ ਨੂੰ ਬੱਚਿਆਂ ਨੂੰ ਛਡਾ ਸਕੀਏ। ਮੇਰੀ ਕੋਈ ਜਥੇਬੰਦੀ ਨਹੀਂ, ਪਰ ਮੈਂ ਬਿਲਕੁਲ ਨਿਰਪੱਖ ਹਾਂ, ਮੇਰੀ ਜਥੇਬੰਦੀ ਹੈ ਗੁਰੂ ਗ੍ਰੰਥ ਸਾਹਿਬ, ਅਤੇ ਸਾਨੂੰ ਸਾਰਿਆਂ ਨੂੰ ਇੱਕ ਹੋਣਾ ਪਏਗਾ, ਸਾਨੂੰ ਆਪਣੇ ਬਥੇਵੇਂ ਛੱਡਣੇ ਪੈਣਗੇ। ਜੇ ਅਸੀਂ ਉਹਨਾਂ ਲੀਡਰਾਂ 'ਤੇ ਜਿਨ੍ਹਾਂ ਲੀਡਰਾਂ ਨੇ ਬੁੱਤ ਲਾਏ ਆ, ਜੇ ਅਸੀਂ ਇਕੱਠੇ ਹੋਵਾਂਗੇ ਅਤੇ ਉਹਨਾਂ ਦੇ ਪ੍ਰੈਸ਼ਰ ਪਾਵਾਂਗੇ ਕਿ ਉਹ ਅੱਗੇ ਜਾ ਕੇ ਉਹਨਾਂ ਨੂੰ ਇਹ ਤੜਵਾਉਣੇ ਪੈਣਗੇ, ਕਿਤੋਂ ਚੁੱਕਣੇ ਪੈਣਗੇ, ਸਾਨੂੰ ਸਿਧਾਂਤਕ ਗੱਲ ਕਰਨੀ ਪਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।